ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਸੋਹਨ ਬਰਨਾਲਾ ਦੇ ਉੱਤੇ। ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਜੀ। ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਅਲੱਗ ਅਲੱਗ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਵੀ ਜੋਬਸ ਤੁਹਾਡੇ ਲਈ ਸੂਟੇਬਲ ਨੇ, ਉਹਨਾਂ ਦੇ ਰਿਗਾਰਡਿੰਗ ਆਪਾਂ ਗੱਲਬਾਤ ਕਰਾਂਗੇ। ਸੋ ਦੇਖਦੇ ਰਹੋ, ਹੋ ਸਕਦਾ ਕਿ ਤੁਹਾਡੇ ਸ਼ਹਿਰ ਦੀਆਂ ਤੁਹਾਡੇ ਸੂਟੇਬਲ ਜੋਬਸ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਿਲ ਜਾਣ। ਸੋ ਪੂਰੀ ਵੀਡੀਓ ਜ਼ਰੂਰ ਦੇਖੋ। ਪਹਿਲੀ ਜਿਹੜੀਆਂ ਅੱਜ ਜੋਬਸ ਦੀ ਆਪਾਂ ਗੱਲ ਕਰਾਂਗੇ, ਉਹ ਡੀ ਏ ਵੀ ਕੋਲਜ ਫੋਰ ਗਰਲਸ, ਜਿਹੜਾ ਕਿ ਗੜ ਸ਼ੰਕਰ ਦੇ ਵਿੱਚ ਹੈ। ਇਸ ਕੋਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਲੋੜ ਹੈ ਜੀ। ਕੰਟਰੈਕਚੁਅਲ ਬੇਸ ਦੇ ਉੱਤੇ ਇਹ ਜੋਬ ਹੈ, ਫੈਸ਼ਨ ਡਿਜ਼ਾਈਨਿੰਗ ਦੀ ਵੈਕੈਂਸੀ ਹੈ। ਅਲੀਜੀਬਿਲਟੀ ਤੁਹਾਡੀ ਯੂ ਜੀ ਸੀ ਦੇ ਅਕੋਰਡਿੰਗ ਅਤੇ ਪੰਜਾਬ ਯੂਨੀਵਰਸਿਟੀ ਦੇ ਅਕੋਰਡਿੰਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਕੋਰਡਿੰਗ ਤੁਹਾਡੀ ਹੋਣੀ ਚਾਹੀਦੀ ਹੈ। ਐਪਲੀਕੇਸ਼ਨ ਦੇ ਲਈ ਤੁਸੀਂ ਸੰਬੰਧਿਤ ਕੋਲਜ ਨੂੰ ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਆਪਣਾ ਅਪਡੇਟਿਡ ਰਿਜ਼ਿਊਮ ਤੁਸੀਂ ਸੈਂਡ ਕਰੋਗੇ। ਹੁਣ ਗੱਲ ਕਰਦੇ ਹਾਂ ਜੀ, ਜਲੰਧਰ ਦੇ ਵਿੱਚ ਏ ਪੀ ਜੇ ਕੋਲਜ ਫੋਰ ਫਾਈਨ ਆਰਟਸ, ਨਿਊ ਜਵਾਹਰ ਨਗਰ ਜਲੰਧਰ ਦੇ ਵਿੱਚ ਇਹ ਕੋਲਜ ਜਿਹੜਾ ਪੈਂਦਾ ਜੀ। ਇਸ ਕੋਲਜ ਦੇ ਲਈ ਤਬਲਾ ਪਲੇਅਰ, ਨਗਮਾ ਪਲੇਅਰ, ਅਸਿਸਟੈਂਟ ਲਾਇਬ੍ਰੇਰੀਅਨ, ਕੰਪਿਊਟਰ ਲੈਬ ਅਸਿਸਟੈਂਟ, ਇਹ ਜਿਹੜੇ ਚਾਹੀਦੇ ਨੇ ਜੀ। 3 ਸਾਲਾਂ ਦਾ ਡਿਪਲੋਮਾ ਹੋਵੇ ਕੰਪਿਊਟਰ ਸਾਇੰਸ ਦੇ ਵਿੱਚ ਐਂਡ ਇੰਜੀਨੀਅਰਿੰਗ ਹੋਵੇ, ਉਹਨਾਂ ਨੂੰ ਕੰਪਿਊਟਰ ਲੈਬ ਅਸਿਸਟੈਂਟ ਦੇ ਤੌਰ ਦੇ ਉੱਤੇ ਜਿਹੜਾ ਉਹ ਵਿਚਾਰਿਆ ਜਾ ਸਕਦਾ। ਅਤੇ ਤੁਸੀਂ ਇਹਨਾਂ ਜੋਬਸ ਦੇ ਲਈ ਅਪਲਾਈ ਕਰਨ ਦੇ ਲਈ ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਆਪਣਾ ਅਪਡੇਟਿਡ ਰਿਜ਼ਿਊਮ ਤੁਸੀਂ ਸੈਂਡ ਕਰ ਸਕਦੇ ਹੋ। ਇਸੇ ਕੋਲਜ ਦੇ ਵਿੱਚ ਏ ਪੀ ਜੀ ਕੋਲਜ ਆਫ ਫਾਈਨ ਆਰਟਸ ਦੇ ਵਿੱਚ, ਜਿਹੜਾ ਕਿ ਨਿਊ ਜਵਾਹਰ ਨਗਰ ਜਲੰਧਰ ਦੇ ਵਿੱਚ, ਇਸ ਕੋਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਕਈ ਅਸਿਸਟੈਂਟ ਪ੍ਰੋਫੈਸਰ ਦੀਆਂ ਕਈ ਵੈਕੈਂਸੀਸ ਨੇ। ਸਬਜੈਕਟ ਤੁਹਾਡੇ ਨਾਲ ਡਿਸਕਸ ਕਰ ਲੈਂਦੇ ਹਾਂ, ਫਾਈਨ ਆਰਟਸ, ਹਿਸਟਰੀ ਆਫ ਆਰਟ, ਉਸ ਤੋਂ ਇਲਾਵਾ ਮਿਊਜ਼ਿਕ ਵੋਕਲ, ਮਿਊਜ਼ਿਕ ਇੰਸਟਰੂਮੈਂਟਲ, ਥੀਏਟਰ ਆਰਟਸ, ਇੰਡੀਅਨ ਕਲਾਸੀਕਲ ਡਾਂਸ, ਇੰਗਲਿਸ਼, ਪੰਜਾਬੀ, ਕੰਪਿਊਟਰ ਸਾਇੰਸ, ਮਲਟੀਮੀਡੀਆ, ਕਾਮਰਸ, ਇਕਨੋਮਿਕਸ, ਫੈਸ਼ਨ ਡਿਜ਼ਾਈਨਿੰਗ, ਇੰਟੀਰੀਅਰ ਡਿਜ਼ਾਈਨ, ਸਾਈਕੋਲੋਜੀ, ਪੋਲੀਟੀਕਲ ਸਾਇੰਸ, ਫਿਜ਼ੀਓਥੈਰੇਪੀ, ਬਾਇਓਕੈਮਿਸਟਰੀ, ਫਿਜ਼ਿਕਸ, ਅਪਲਾਈਡ ਆਰਟਸ, ਜਰਨਲਿਸਟ ਐਂਡ ਮਾਸ ਕਮਿਊਨੀਕੇਸ਼ਨ। ਇਹਨਾਂ ਸਾਰੇ ਹੀ ਸਬਜੈਕਟ ਦੇ ਵਿੱਚ ਅਸਿਸਟੈਂਟ ਪ੍ਰੋਫੈਸਰਸ ਦੀ ਲੋੜ ਹੈ। ਕੁਆਲੀਫਿਕੇਸ਼ਨ ਤੁਹਾਡੀ ਜੀ ਐਨ ਡੀ ਯੂ ਦੇ ਅਕੋਰਡਿੰਗ, ਯੂ ਜੀ ਸੀ ਦੇ ਅਕੋਰਡਿੰਗ ਅਤੇ ਪੰਜਾਬ ਗੌਰਮੈਂਟ ਦੇ ਅਕੋਰਡਿੰਗ ਹੋਣੀ ਚਾਹੀਦੀ ਆ। ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਆਪਣਾ ਅਪਡੇਟਿਡ ਰਿਜ਼ਿਊਮ ਤੁਸੀਂ ਸੈਂਡ ਕਰ ਸਕਦੇ ਹੋ। ਅਤੇ ਜ਼ਿਆਦਾ ਜਾਣਕਾਰੀ ਦੇ ਲਈ ਸੰਬੰਧਿਤ ਕੋਲਜ ਦੇ ਵਿੱਚ ਤੁਸੀਂ ਇਨਫੋਰਮੇਸ਼ਨ ਹੋਰ ਜ਼ਿਆਦਾ ਹਾਸਿਲ ਕਰਨ ਦੇ ਲਈ ਕੰਟੈਕਟ ਕਰ ਸਕਦੇ ਹੋ ਕੋਲਜ ਨੂੰ। ਅਗਲੀਆਂ ਜੋਬਸ ਨੇ ਜਿਹੜੀਆਂ ਜੀ, ਉਹ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਲਈ ਨੇ, ਜਾਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਇਹ ਜੋਬਸ ਵੀ ਅਪਲਾਈ ਕਰ ਸਕਦੇ ਹੋ। ਸੰਤ ਨਾਮਦੇਵ ਕੰਨਿਆ ਮਹਾਵਿਦਿਆਲਿਆ ਬੱਸੀ ਪਠਾਣਾ ਦੇ ਵਿੱਚ, ਜਿਹੜਾ ਕਿ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ, ਉਹ ਇਸ ਕੋਲਜ ਦੇ ਵਿੱਚ ਪ੍ਰਿੰਸੀਪਲ ਦੀ ਲੋੜ ਹੈ, ਲੈਕਚਰਾਰ ਚਾਹੀਦੇ ਨੇ ਜੀ ਕਈ ਸਬਜੈਕਟ ਦੇ ਵਿੱਚ। ਸਬਜੈਕਟ ਤੁਹਾਡੇ ਨਾਲ ਡਿਸਕਸ ਕਰ ਲੈਂਦੇ ਹਾਂ, ਇੰਗਲਿਸ਼, ਹਿਸਟਰੀ, ਸੋਸ਼ੋਲੋਜੀ, ਮੈਥਮੈਟਿਕਸ, ਲਾਇਬ੍ਰੇਰੀਅਨ, ਫਿਜ਼ੀਕਲ ਐਜੂਕੇਸ਼ਨ, ਪੰਜਾਬੀ, ਕਾਮਰਸ, ਪੋਲੀਟੀਕਲ ਸਾਇੰਸ। ਅਤੇ ਐਜੂਕੇਸ਼ਨ ਤੁਹਾਡੀ ਯੂ ਜੀ ਸੀ ਦੇ ਨੋਮਸ ਦੇ ਅਕੋਰਡਿੰਗਲੀ ਹੋਣੀ ਚਾਹੀਦੀ ਹੈ। 20 ਮਈ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਤੁਸੀਂ ਸੰਬੰਧਿਤ ਕੋਲਜ ਦੇ ਵਿੱਚ ਜਾ ਕੇ ਆਪਣਾ ਸੀ ਵੀ ਜਿਹੜਾ ਉਹ ਰਿਜ਼ਿਊਮ ਜਿਹੜਾ ਤੁਸੀਂ ਦੇ ਕੇ ਆ ਸਕਦੇ ਹੋ। ਬਾਕੀ ਇਹਨਾਂ ਦੀ ਵੈਬਸਾਈਟ ਤੁਸੀਂ ਚੈੱਕ ਕਰ ਸਕਦੇ ਹੋ ਗੂਗਲ ਦੇ ਉੱਤੇ ਸਰਚ ਮਾਰ ਕੇ। ਸੋ ਇਸ ਤੋਂ ਇਲਾਵਾ ਜਿਹੜੀਆਂ ਅਗਲੀਆਂ ਜੋਬਸ ਨੇ ਜੀ, ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅਹਿਮਦਗੜ੍ਹ ਪੈਂਦਾ ਜੀ। ਇਸ ਅਹਿਮਦਗੜ੍ਹ ਦੇ ਵਿੱਚ ਸ਼ਾਂਤੀ ਤਾਰਾ ਕੋਲਜ ਗਰਲਸ ਕੋਲਜ ਹੈ ਜੀ ਅਹਿਮਦਗੜ੍ਹ ਦੇ ਵਿੱਚ। ਫੀਮੇਲ ਅਸਿਸਟੈਂਟ ਪ੍ਰੋਫੈਸਰ ਚਾਹੀਦੇ ਨੇ ਜੀ ਰੈਗੂਲਰ ਬੇਸ ਦੇ ਉੱਤੇ। ਸਬਜੈਕਟ ਇੰਗਲਿਸ਼ ਦੀਆਂ 2 ਵੈਕੈਂਸੀਸ ਨੇ, ਫਿਜ਼ਿਕਸ ਦੀ 1 ਵੈਕੈਂਸੀ ਹੈ, ਕੈਮਿਸਟਰੀ ਦੀ 1 ਵੈਕੈਂਸੀ ਹੈ, ਕਾਮਰਸ ਦੀਆਂ 2 ਵੈਕੈਂਸੀਸ ਨੇ, ਅਤੇ ਕੰਪਿਊਟਰ ਐਪਲੀਕੇਸ਼ਨ ਦੀ 1 ਵੈਕੈਂਸੀ ਹੈ। ਤੁਹਾਡੀ ਕੁਆਲੀਫਿਕੇਸ਼ਨ ਜਿਹੜੀ ਉਹ ਪੰਜਾਬੀ ਯੂਨੀਵਰਸਿਟੀ ਦੇ ਨੋਮਸ ਦੇ ਅਧੀਨ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਤੁਸੀਂ ਅੰਡਰਸਾਈਨਡ ਵਿਦ ਫੁੱਲ ਪਾਰਟੀਕੁਲਰਸ, ਅਤੇ ਤੁਸੀਂ
ਜਿਹੜਾ ਕਿ ਉਹ ਪ੍ਰਿੰਸੀਪਲ ਨੂੰ ਅਪਲਾਈ ਕਰੋਗੇ ਬੈਂਕ ਡਰਾਫਟ ਦੇ ਨਾਲ, 300 ਰੁਪਏ ਦਾ ਬੈਂਕ ਡਰਾਫਟ ਜਿਹੜਾ ਉਹ ਪ੍ਰਿੰਸੀਪਲ ਦੇ ਨਾਂ ਜਿਹੜਾ ਲੱਗਣਾ। ਅਤੇ ਸ਼ਾਂਤੀ ਤਾਰਾ ਗਰਲਸ ਕੋਲਜ ਅਹਿਮਦਗੜ੍ਹ, ਇਹ ਤੁਸੀਂ ਪਹੁੰਚਦਾ ਕਰੋਗੇ। ਨਾਲ ਹੀ ਤੁਸੀਂ ਡੀਨ ਕੋਲਜਿਸ ਡਿਵੈਲਪਮੈਂਟ ਕਾਉਂਸਲ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈ, ਉਹਨਾਂ ਨੂੰ ਵੀ ਤੁਸੀਂ ਜਿਹੜੀ ਇੱਕ ਐਪਲੀਕੇਸ਼ਨ ਇਹਨਾਂ ਆਪਣੀ ਵੈਕੈਂਸੀ ਦੇ ਲਈ ਉਹ ਭੇਜੋਗੇ। ਅਗਲਾ ਸਕੂਲ ਹੈ ਜੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ, ਪਟਿਆਲੇ ਦੇ ਵਿੱਚ ਪੈਂਦਾ ਜੀ ਅਵਰ ਲੇਡੀ ਫੈਟੀਮਾ ਸਕੂਲ ਪਟਿਆਲਾ। ਇਹਦੇ ਵਿੱਚ ਫੀਮੇਲ ਟੀਚਰਸ ਰਿਕੁਆਇਰਡ ਨੇ, PRT ਇੰਗਲਿਸ਼ MA ਇੰਗਲਿਸ਼ ਅਤੇ BEd ਹੋਵੇ, PRT ਹਿੰਦੀ MA ਹਿੰਦੀ ਅਤੇ BEd ਹੋਵੇ, ਫਲੂਐਂਸੀ ਇਨ ਇੰਗਲਿਸ਼ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਆ, 3 ਸਾਲਾਂ ਦਾ ਟੀਚਿੰਗ ਐਕਸਪੀਰੀਅੰਸ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਇੰਟਰਵਿਊ ਇਹਨਾਂ ਨੇ 11/5/2019 ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਦੇ ਦਰਮਿਆਨ ਜਿਹੜੀ ਉਹ ਰੱਖੀ ਗਈ ਹੈ। ਤੁਸੀਂ ਆਪਣਾ ਕੰਪਲੀਟ ਬਾਇਓਡਾਟਾ ਪਲੱਸ ਫੋਟੋਗ੍ਰਾਫਸ ਲੈ ਕੇ ਸਕੂਲ ਨੂੰ ਵਿਜ਼ਿਟ ਕਰੋਗੇ। ਇਸ ਤੋਂ ਇਲਾਵਾ ਅਗਲੀਆਂ ਜਿਹੜੀਆਂ ਜੋਬਸ ਨੇ ਉਹ ਵੀ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਨੇ ਜੀ। ਸੈਂਟ ਮੈਰੀ ਸਕੂਲ ਹੈ ਜੀ, ਸੀਨੀਅਰ ਸੈਕੈਂਡਰੀ ਸਕੂਲ ਹੈ, ਚੌੜਾ ਰੋਡ ਸਨੌਰ ਪਟਿਆਲਾ ਦੇ ਵਿੱਚ। ਅਕੈਡਮਿਕ ਸੈਸ਼ਨ 2019-20 ਦੇ ਲਈ ਟੀਚਰਸ ਜਿਹੜੇ ਨੇ ਉਹ ਚਾਹੀਦੇ ਨੇ, SST ਟੀਚਰ ਜਿਹੜਾ ਉਹ ਚਾਹੀਦਾ। ਈਮੇਲ ਐਡਰੈੱਸ ਦਿੱਤੀ ਹੋਈ ਹੈ, ਦਿੱਤੇ ਹੋਏ ਈਮੇਲ ਐਡਰੈੱਸ ਦੇ ਉੱਤੇ ਤੁਸੀਂ ਆਪਣਾ ਅਪਡੇਟਿਡ ਰਿਜ਼ਿਊਮ ਤੁਸੀਂ ਇਹਨਾਂ ਨੂੰ ਸੈਂਡ ਕਰ ਸਕਦੇ ਹੋ। ਇਸ ਤੋਂ ਬਾਅਦ ਅਗਲਾ ਜਿਹੜਾ ਸਕੂਲ ਹੈ ਉਹ ਵੀ ਸਕੂਲ ਪਟਿਆਲੇ ਡਿਸਟ੍ਰਿਕਟ ਦਾ ਜੀ, ਸਕੋਲਰ ਫੀਲਡ ਪਬਲਿਕ ਸਕੂਲ ਪਟਿਆਲਾ। ਇਹਦੇ ਵਿੱਚ PGT ਇੰਗਲਿਸ਼, ਸਾਈਕੋਲੋਜੀ, ਜੋਗ੍ਰਾਫੀ ਅਤੇ ਪੰਜਾਬੀ ਦੇ ਜਿਹੜੀਆਂ ਵੈਕੈਂਸੀਸ ਨੇ ਜੀ। ਇਸ ਦੇ ਵਿੱਚ ਸੈਲਰੀ ਜਿਹੜੀ ਉਹ ਚੰਗੀ ਹੋਣ ਵਾਲੀ ਹੈ, ਤੁਹਾਡੀ ਫਲੂਐਂਸੀ ਇਨ ਇੰਗਲਿਸ਼ ਹੋਣੀ ਚਾਹੀਦੀ ਹੈ। ਦਿੱਤੀ ਹੋਈ ਈਮੇਲ ਐਡਰੈੱਸ ਦੇ ਉੱਤੇ ਤੁਸੀਂ ਆਪਣਾ ਅਪਡੇਟਿਡ ਰਿਜ਼ਿਊਮ ਸੈਂਡ ਕਰ ਸਕਦੇ ਹੋ। ਉਸ ਤੋਂ ਇਲਾਵਾ ਇੰਟਰਵਿਊ ਇਹਨਾਂ ਨੇ ਇੰਟਰਵਿਊ ਜਿਹੜੀ ਆ ਤੁਸੀਂ ਈਮੇਲ ਐਡਰੈੱਸ ਦੇ ਉੱਤੇ ਤੁਸੀਂ ਆਪਣਾ ਅਪਡੇਟਿਡ ਰਿਜ਼ਿਊਮ ਜਿਹੜਾ ਤੁਸੀਂ ਸੈਂਡ ਕਰ ਦਿਓ, ਅਤੇ ਬਾਕੀ ਤੁਹਾਨੂੰ ਉਹ ਕੋਂਟੈਕਟ ਕਰ ਲੈਣਗੇ। ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ PGT ਬਾਇਓਲੋਜੀ, ਕਮਰਸ, ਇੰਗਲਿਸ਼, ਸੋਸ਼ਲ ਸਟੱਡੀਜ਼, PGT ਆਲ ਸਬਜੈਕਟ, ਸਾਇੰਸ ਬੈਕਗਰਾਊਂਡ ਵਾਲੇ, ਅਤੇ ਉਸ ਤੋਂ ਇਲਾਵਾ NTT ਟੀਚਰਸ, ਲੋਨ ਟੈਨਿਸ ਕੋਚ, ਫਲੂਐਂਸੀ ਇੰਗਲਿਸ਼ ਦੇ ਵਿੱਚ ਮਸਟ ਹੈ, ਫਰੀ ਟਰਾਂਸਪੋਰਟ ਦੀ ਫੈਸਿਲਿਟੀ ਅਤੇ ਅਕੋਮੋਡੇਸ਼ਨ ਜਿਹੜੀ ਹੈ ਉਹ ਆਊਟਸਾਈਡ ਟੀਚਰਸ ਨੂੰ ਜਿਹੜੀ ਉਹ ਸਕੂਲ ਕੈਂਪਸ ਦੇ ਵਿੱਚ ਜਿਹੜੀ ਉਹ ਦਿੱਤੀ ਜਾਊਗੀ। ਈਮੇਲ ਐਡਰੈੱਸ ਦਿੱਤਾ ਹੋਇਆ, ਦਿੱਤੇ ਹੋਏ ਈਮੇਲ ਐਡਰੈੱਸ ਦੇ ਉੱਤੇ ਤੁਸੀਂ ਆਪਣਾ ਅਪਡੇਟਿਡ ਰਿਜ਼ਿਊਮ ਸੈਂਡ ਕਰ ਸਕਦੇ ਹੋ। ਸਾਈਂ ਕੋਲਜ ਆਫ ਐਜੂਕੇਸ਼ਨ ਲਹਿਰਾ ਗਾਗਾ ਡਿਸਟ੍ਰਿਕਟ ਸੰਗਰੂਰ, ਇਸ ਕੋਲਜ ਦੇ ਲਈ ਇੱਕ ਪ੍ਰਿੰਸੀਪਲ ਦੀ ਵੈਕੈਂਸੀ ਹੈ ਜੀ। ਲੈਕਚਰਰ ਇਨ ਐਜੂਕੇਸ਼ਨ 2 ਵੈਕੈਂਸੀਸ ਨੇ, ਲੈਕਚਰਰ ਇਨ ਟੀਚਿੰਗ ਆਫ ਪੰਜਾਬੀ, ਹਿੰਦੀ, ਇੰਗਲਿਸ਼, ਸੰਸਕ੍ਰਿਤ, ਕਾਮਰਸ, ਇਕਨੋਮਿਕਸ, ਫਾਈਨ ਆਰਟਸ, ਮਿਊਜ਼ਿਕ, ਫਿਜ਼ੀਕਲ ਐਜੂਕੇਸ਼ਨ, ਸਾਇੰਸ, SST, ਪੋਲੀਟੀਕਲ ਸਾਇੰਸ, ਹਿਸਟਰੀ ਅਤੇ ਇੱਕ ਲਾਇਬ੍ਰੇਰੀਅਨ। ਇਹਨਾਂ ਸਾਰੇ ਹੀ ਸਬਜੈਕਟ ਦੇ ਵਿੱਚ ਇੱਕ ਇੱਕ ਵੈਕੈਂਸੀ ਜਿਹੜੀ ਉਹ ਅਵੇਲੇਬਲ ਹੈ। ਕੁਆਲੀਫਿਕੇਸ਼ਨ ਤੁਹਾਡੀ NCTE ਨੋਮਸ ਦੇ ਅਧੀਨ ਹੋਣੀ ਚਾਹੀਦੀ ਹੈ, ਅਤੇ ਤੁਸੀਂ ਆਪਣੀ ਸਪੋਰਟਿੰਗ ਡਾਕੂਮੈਂਟਸ ਦਿੱਤੀ ਹੋਈ ਈਮੇਲ ਐਡਰੈੱਸ ਦੇ ਉੱਤੇ ਤੁਸੀਂ ਆਪਣਾ ਅਪਡੇਟਿਡ ਰਿਜ਼ਿਊਮ ਸੈਂਡ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਇੱਕ ਕਾਪੀ ਜਿਹੜੀ ਆ ਉਹ ਡੀਨ ਕੋਲਜਿਸ ਡਿਵੈਲਪਮੈਂਟ ਕਾਉਂਸਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ ਭੇਜੋਗੇ। ਅਗਲੀਆਂ ਜਿਹੜੀਆਂ ਜੋਬਸ ਨੇ ਉਹ ਜਲੰਧਰ ਡਿਸਟ੍ਰਿਕਟ ਦੇ ਵਿੱਚ ਨੇ ਜੀ। DRV DAV ਸੈਨੀਟਰੀ ਪਬਲਿਕ ਸਕੂਲ ਫਿਲੌਰ, ਇਸ ਸਕੂਲ ਦੇ ਲਈ ਕੰਟਰੈਕਚੁਅਲ ਅਤੇ ਰੈਗੂਲਰ ਬੇਸ ਦੇ ਲਈ ਅਧਿਆਪਕ ਚਾਹੀਦੇ ਨੇ। PGT ਫਿਜ਼ਿਕਸ, TGT ਅਤੇ PRTS ਸਾਇੰਸ ਨੋਨ ਮੈਡੀਕਲ ਅਤੇ ਸੋਸ਼ਲ ਸਾਇੰਸ ਦੇ ਅਧਿਆਪਕ ਜਿਹੜੇ ਉਹ ਚਾਹੀਦੇ ਨੇ। ਉਸ ਤੋਂ ਇਲਾਵਾ ਮੈਥ, ਇੰਗਲਿਸ਼, ਹਿੰਦੀ, ਪੰਜਾਬੀ, ਕੰਪਿਊਟਰ, ਮਿਊਜ਼ਿਕ, ਆਰਟ ਐਂਡ ਕਰਾਫਟ, ਫਿਜ਼ੀਕਲ ਐਜੂਕੇਸ਼ਨ, NTT ਟੀਚਰਸ, ਉਸ ਤੋਂ ਇਲਾਵਾ ਹੈਂਡਬੋਲ ਕੋਚ ਚਾਹੀਦਾ ਜੀ ਇਹਨਾਂ ਨੂੰ, ਅਤੇ ਉਸ ਤੋਂ ਇਲਾਵਾ ATL ਲੈਬ ਅਤੇ BTech, ECE, ਇਹ ਕੁਝ ਵੈਕੈਂਸੀਸ ਇਸ ਕੋਲਜ ਦੇ ਵਿੱਚ ਅਵੇਲੇਬਲ ਨੇ। ਅਤੇ ਸੈਲਰੀ ਜਿਹੜੀ ਉਹ ਚੰਗੀ ਹੋਣ ਵਾਲੀ ਹੈ, ਅਤੇ ਤੁਸੀਂ
एक प्रिस्क्राइब्ड परफॉर्मा स्कूल ऑफिस तो लै सकते हो, या फिर अपना रिज्यूम जिहड़ा तुसीं दित्ती हुई ईमेल एड्रैस दे उत्ते सेंड कर सकते हो। ट्रांसपोर्ट की फैसिलिटी जलंधर तो अवेलेबल रहने वाली है। अगले स्कूल की आप गल करिए कैम्ब्रिज स्कूल मलेरकोटला रोड धूरी दे विच इह पैंदा जी, डिस्ट्रिक्ट संगरूर है। तो इस स्कूल के लिए पी जी टी दियां कुछ वैकेंसीज ने। सबजैक्ट है अकाउंटेंसी, साइकोलॉजी, इंग्लिश, पोलिटिकल साइंस। उस तो इलावा टी जी टी दियां कुछ वैकेंसीज ने। सोशल स्टडीज़ स्पैशली टी जी टी की एक वैकेंसी है। तो प्री प्राइमरी विंग के लिए हैड की लोड़ है। सैलरी चंगी होगी डिजर्विंग कैंडीडेट्स के लिए। उस तो इलावा फ्री अकोमोडेशन की फैसिलिटी होगी। आउट स्टेशन कैंडीडेट्स के लिए ट्रांसपोर्ट की फैसिलिटी जी संगरूर तो मलेरकोटला दोनों प्लेसिस तो अवेलेबल रहन वाली है। कैंडीडेट फ्लूएंट होवे इंग्लिश लैंग्वेज दे विच ते CBSE स्कूल टीचिंग एक्सपीरियंस जिहड़ा हो कैंडीडेट कोल होना चाहिए। दित्ती हुई ईमेल एड्रैस के उत्ते अपना अपडेटेड रिज्यूम सेंड कर सकते हो जी इस स्कूल नूं। अगलियां जॉब्स ने जी हो लुधियाने डिस्ट्रिक्ट दे विच ने जी, लुधियाना कॉलेज ऑफ इंजीनियरिंग एंड टेक्नोलॉजी कटानी कला लुधियाने डिस्ट्रिक्ट दे विच है जी। इस कॉलेज के लिए असिस्टेंट प्रोफेसर एसोसीएट प्रोफेसर ते प्रोफेसर की लोड़ है। सब्जेक्ट ने जी सिविल CSE MEAE ECE MBA अप्लाइड साइंस फिजिक्स केमिस्ट्री अप्लाइड मैथ इंग्लिश कम्युनिकेशन स्किल्स पर्सनैलिटी डिवेलपमेंट ट्रेनर होस्टल वार्डन बॉयज़ के लिए लोड है जी। मार्केटिंग एग्जैकटिव ग्रैजुएट होना चाहिए। क्वालिफिकेशन एक्सपीरियंस ते एज जिहड़ी आ ओहो एज पर AICTE IKG PTU ते UGC दे अकॉर्डिंग होनी चाहिए है। घट्टो घट्ट 5 साल का टीचिंग एक्सपीरियंस होना चाहिए। कैंडीडेट जिन्हां दी PhD या नैट हैगा उन्हां प्रेफरेंस जिहड़ी ओह मिलन वाली है। दित्ती हुई ईमेल एड्रैस के उत्ते अपना अपडेटेड रिज्यूम तुसीं सेंड कर सकते हो जी। सो ये सीगे जी कुछ पंजाब दे वख-वख एरियाज़ दे विच वख-वख डिस्ट्रिक्ट दे विच जिलियां दे विच कुछ जॉब्स ने जो तुहाडे लई सूटेबल हो सकदियां ने। उम्मीद आ भी वीडियो तुहानूं पसंद आई होगी। जे पसंद आई आ तां इस नूं लाइक जरूर कर दिओ ते बाकी अपने दोस्तां मित्रां दे नाल शेयर जरूर कर दिओ। अपने चैनल नूं सबसक्राइब कर लिओ ते नाल लगदा बैल आइकन वी जिहड़ा उह प्रैस कर लिओ तां जो तुहानूं साडियां नवीआं वीडियोज़ दी नोटिफिकेशन मिलदी रहे ते तुसीं जानकारी प्राप्त करते रहो। ठीक है दोस्तों, मिलते हैं किसी होर नवी वीडियो के। थैंक यू वेरी मच फॉर वॉचिंग दिस वीडियो जी।